ਮਨੇਕ ਕੋਲਾ ਰਹਿਣ ਵਾਲਾ ਪੰਜਾਬ ਏਰੀਆ ਵਿਜ਼ਿਟ ਕਰਦਾ ਸਾਰਾ ਮੈਂ ਤਾਂ ਆਪਣੀ ਮੱਕੀ ਸੀ ਪੀ 360 ਲੱਗੀ ਹੋਈ ਆ ਜਿਹਨਾਂ ਨੇ 4.5 ਏਕੜ ਲਾਈ ਆ ਹਰਜੋਤ ਸਿੰਘ ਜੀ ਨੇ ਜੋ ਖੰਨੇ ਤੋਂ ਲੈ ਕੇ ਆਏ ਦੀ ਵੀ ਆਪਣੇ ਹਰਪ੍ਰੀਤ ਜੀ ਤੋਂ ਸੌਣ ਸਿੰਘ ਜਸਵੀਰ ਸਿੰਘ ਜੀ ਕੋਲੋਂ ਤਾਂ ਇਹ ਵਰਾਇਟੀ ਉਹਨਾਂ ਨੂੰ ਐਕਸੀਲੈਂਟ ਲੱਗੀ ਆ ਵੀ ਮੁਕਾਬਲੇ 'ਚ ਆਪਾਂ ਕਹਿ ਸਕਦੇ ਮੁਕਾਬਲੇ 'ਚ ਉਹ ਕਹਿੰਦੇ ਤਾਂ ਇੱਕ ਇਹਦਾ ਤਾਂ ਕਿਉਂਕਿ ਛਿੱਲੀ ਦਾ ਸਾਈਜ਼ ਬਹੁਤ ਵੱਡਾ ਹੈ ਨਾ ਠੀਕ ਹੈ ਦਾਣੇ ਪੂਰੇ ਉੱਪਰ ਤੱਕ ਭਰੇ ਹੋਏ ਨੇ ਸਾਈਜ਼ ਤੁਸੀਂ ਦੇਖ ਸਕਦੇ ਹੋ ਇਹਦਾ ਸਾਈਜ਼ ਬਹੁਤ ਜ਼ਿਆਦਾ ਆ ਆਪਣਾ 9 ਤੋਂ 10 ਫੁੱਟ ਨੀਅਰ ਅਬਾਊਟ ਆ ਇਹਦਾ ਸਾਈਜ਼ ਜਿਹੜਾ ਹਾਈਟ ਔਰ ਆਪਾਂ ਇਹ ਝਾੜ ਜਿਹੜਾ ਕਹਿੰਦੇ ਹਾਂ ਵੀ 38 ਤੋਂ 42 ਦੇ ਨੀਅਰ ਅਬਾਊਟ ਆਉਂਦਾ ਅਗਰ ਸਪੇਸ ਮੇਨਟੇਨ ਕਰ ਲੈਂਦਾ ਜ਼ਿਮੀਦਾਰ ਤਾਂ ਆਪਾਂ ਇਹਨੂੰ ਕਹਿੰਦੇ ਵੀ ਆਪਣਾ 45 ਦੇ ਨੀਅਰ ਅਬਾਊਟ ਵਗ ਜੂਗਾ ਠੀਕ ਹੈ ਜੀ ਬਾਕੀ ਇਹ ਝਾੜ ਪਕਾਈ ਦੱਸਾਂਗਾ ਆਪਾਂ ਕੀ ਆਏਗਾ ਸਾਈਲੇਜ ਵਾਸਤੇ ਵੈਸੇ ਇਹ ਦੇਖਿਆ ਜਾਵੇ ਤਿਆਰ ਆ ਪੂਰੀ ਆ ਦਿਖਾਉਣਾ ਤੁਹਾਨੂੰ ਸਾਈਲੇਜ ਵਾਸਤੇ ਬਿਲਕੁਲ ਤਿਆਰ ਆ ਜਿਵੇਂ ਤੁਹਾਨੂੰ ਮੈਂ ਹਰ ਵੀਡੀਓ ਦੱਸਦਾ ਵੀ ਇਹਦਾ ਟਾਂਡਾ ਬਹੁਤ ਜ਼ਿਆਦਾ ਮੋਟਾ ਨਾ ਜੀ ਤੁਸੀਂ ਦੇਖ ਸਕਦੇ ਹੋ 2-2 ਛੱਲੀਆਂ ਲੱਗੀਆਂ ਹੋਈਆਂ ਨੇ ਇੱਕ ਬੂਟੇ ਨੂੰ ਅਸੀਂ ਦੇਖ ਸਕਦੇ ਹੋ ਹਾਈਟ ਇਹਦੀ ਪੂਰਾ ਐਕਸੀਲੈਂਟ ਰਿਜ਼ਲਟ ਆ ਬਾਕੀ ਅਗਰ ਕਿਸੇ ਜ਼ਿਮੀਦਾਰ ਭਾਈ ਨੇ ਜਾਂ ਕਿਸੇ ਦੁਕਾਨਦਾਰ ਨੇ ਕਿਸੇ ਵੀ ਤਰ੍ਹਾਂ ਦੀ ਮੇਰੇ ਤੋਂ ਪੁੱਛ ਗਿੱਛ ਕਰਨੀ ਹੋਵੇ ਤਾਂ ਮੇਰਾ ਫੋਨ ਨੰਬਰ ਆ 9417-24-8-77 9417-24-8-77 ਜੀ ਇਹ ਦੇਖ ਲਓ ਤੁਸੀਂ ਦਾਣੇ ਪੈਣ ਲੱਗ ਗਏ 'ਚ ਹਾਂਜੀ 65 ਦਿਨਾਂ ਦੀ ਹੋ ਚੁੱਕੀ ਆ ਜਿਵੇਂ ਕਹਿੰਦਾ ਮਤਲਬ 70 ਦਿਨਾਂ ਵਿੱਚ ਸਾਈਲੇਜ ਵਾਸਤੇ ਕੋਈ ਵਰਾਇਟੀ ਹੈ ਤਾਂ CP 666 ਆ ਜੀ ਠੀਕ ਆ ਜੀ